जो एक पंछी का आलना है ना, वो पंछी आलन नहीं छड़ के नहीं जाता। ਫਿਰ ਕੀ ਰਾਲ ਚ ਛੱਡਣੇ ਜੀ ਕਰਦਾ ਹੈ ਕੁੱਲੀਆਂ ਹਾਂ ਮੈਂ ਕੱਚੀਆਂ ਆਈਆਂ ਕੁੱਲੀਆਂ ਛੱਡਣ ਨੂੰ ਰਹੀ ਨਹੀਂ ਇੱਕ ਤਾਂ ਨਾ ਭਾਜੀ ਹਾਂ ਮੈਂ ਕੱਲੀ ਹੋਈ ਐ ਇੱਕ ਘੰਟੇ ਦੇ ਅੰਦਰ ਅੰਦਰ ਪਾਣੀ ਆਇਆ ਜੀ ਪਹਿਲੇ ਪਾਣੀ ਥੱਲੇ ਸੀਗਾ ਬਾਅਦ ਹੋ ਗਿਆ ਸਾਰਾ ਹੁਣ ਸਾਰਾ ਪਾਣੀ ਆ ਰਿਹਾ ਇਸ ਤਰ੍ਹਾਂ ਮਕਾਨ ਵੀ ਖਤਮ ਹੈ है चुक लिया की कहने जानते नहीं निकल नहीं रहे हो चलो समान पिंड समान चक लिया गया जी चलो माड़ा मोटा जो घर का समान है उन्होंने रखे हुआ बैठने उठने वास्ते तो बाकी सारा पिंड नाल चले थोड़े सामने जा रहे ट्रैक्टर ट्रैक्टर ट्राली उखो खड़ाई हुई है पिंड जे जिंदबड़ी पिंड पानी बढ़ गया ना जी तो तकरीबन तकरीबन 95% पंजाब तकरीबन हरियाणा तक मार जिन्ना है सारा पिंड जिंदबड़ी पानी बढ़ गया है हाइट क्या है पिंड बहुत ऊंची मजबूरी है नगर ग्राम पंचायत वालों और प्रशासन वालों डिपार्टमेंट वालों कवरिंग बेनत की कोई गल नहीं मान लो कोई लापरवाही नहीं है लेकिन जो ओवरफ्लो पिछो आ रहा डिपार्टमेंट भी पिंड समान कीमती बाहर कढ लिया गया नो प्रॉब्लम बैठे मंजा डाके बैठिया सारे मजदूर ने इन्हां विच कोई भी बड़ा मतलब कारोबार वाला नहीं है दिहाड़ी ते पिछला काम करदे ने ते रहण बसेरा थोड़ा थोड़ा छोटा छोटा सारे ने बनाया होया उस रहन सारे जो पब्लिक जो पब्लिक तौर पर जो पिंड है नगर पिंड ग्राम पंचायत है या पिंड है वो सारे इन है सारा समान साज समान तो देख लिया होना एक ट्रैक्टर फिर इतने खड़ा है
ਮਤਲਬ ਹੋਰ ਟਰੈਕਟਰ ਮੁੜ ਕੇ ਸਾਰਾ ਪ੍ਰਬੰਧ ਹੋ ਜਾਣਾ ਪਰ ਅਦਰਵਾਈਜ਼ ਦੇਖੋ ਗੱਲ ਜੇ ਉਹ ਪਿਛਲੀ ਪਾਣੀ ਦੀ ਆਮਦ ਨੂੰ ਨਹੀਂ ਘਟਾਇਆ ਜਾ ਸਕਦਾ ਮਤਲਬ ਦੇਖੋ ਆ ਮਕਾਨ ਹੈ ਇੱਥੋਂ ਸਾਰਾ ਸਮਾਨ ਚੱਕ ਲਿਆ ਸੀ ਇੱਥੋਂ ਸਾਰਾ ਸਮਾਨ ਕੱਢ ਲਿਆ ਗਿਆ ਸਾਰੇ ਅੰਦਰ ਪਾਣੀ ਹੋ ਗਿਆ ਹੋਇਆ ਦੇਖੋ ਮਤਲਬ ਫੁੱਟ ਫੁੱਟ ਡੇਢ ਡੇਢ ਦੋ ਫੁੱਟ ਪਾਣੀ ਦੇ ਹੋ ਗਿਆ ਜਿਹਨਾਂ ਇੱਥੋਂ ਜਿਹੜਾ ਸਾਰਾ ਕੀਮਤੀ ਸਮਾਨ ਸੀ ਨਾ ਉਹੀ ਚੁੱਕ ਲਿਆ ਪਰ ਹੁਣ ਘਰ ਕਿਸੇ ਨੂੰ ਛੱਡਿਆ ਜਾ ਸਕਦਾ ਘਰ ਥੋੜ੍ਹੀ ਫਸਲ ਥੋੜ੍ਹੀ ਤੇ ਜਿਹਨਾਂ ਪਾਣੀ ਤੋਂ ਹੋ ਗਿਆ ਪਾਣੀ ਦੇ ਰਿਹਾ ਪਾਣੀ ਬਿਲਕੁਲ ਸਾਰੇ ਮਕਾਨ ਇਹ ਇੱਕ ਘੰਟੇ ਦੇ ਅੰਦਰ ਅੰਦਰ ਪਾਣੀ ਆਇਆ ਜੀ ਪਹਿਲੇ ਪਾਣੀ ਥੱਲੇ ਸੀਗਾ ਬਾਹਰ ਹੁਣ ਸਾਰਾ ਪਾਣੀ ਆ ਰਿਹਾ ਇਸ ਤਰ੍ਹਾਂ ਮਕਾਨ ਵੀ ਖਤਮ ਹੈ ਤੇ ਇਧਰ ਸਾਰਾ ਪਾਣੀ ਦੇ ਪਿੱਛੋਂ ਬੰਨ ਮਾਤਾ ਆਪਣਾ ਘਰ ਹੈ ਆਪਣਾ ਘਰ ਮਾਤਾ ਇਹ ਰਾਤ ਤਾਂ ਨਹੀਂ ਸੀਗਾ ਪਾਣੀ ਨਹੀਂ ਰਾਤ ਨਹੀਂ ਤਾਂ ਅੱਛਾ ਇਹ 10 ਕੁ ਵਜੇ ਆਇਆ ਪਾਣੀ ਮਤਲਬ ਘੰਟੇ ਡੇਢ ਘੰਟੇ ਤੋਂ ਆਉਣਾ ਸ਼ੁਰੂ ਹੋ ਗਿਆ ਨਾ 10 ਕੁ ਵਜੇ ਮਤਲਬ ਅੰਦਰ ਪੈ ਗਿਆ 11 ਕੁ ਵਜੇ ਬਾਕੀ ਬਾਹਰ ਤਾਂ ਬਥੇਰਾ ਤਾਂ 5 10 ਕੁ ਵਜੇ ਬਸ ਵੀਰੇ ਹਾਂਜੀ ਇੱਧਰ ਦੇਖੋ 9 10 ਵਜੇ ਪਾਣੀ ਸਮਾਨ ਸਮੂਨ ਸਾਰਾ ਕੱਢ ਲਿਆ ਸਮਾਨ ਤਾਂ ਕੱਢ ਲਿਆ ਬਸ ਕੁਛ ਆ ਕੁਛ ਪਿੰਡ ਲੈ ਗਏ ਥੋੜਾ ਲੈ ਕੇ ਜਾ ਕੇ ਸਾਰਾ ਸਮਾਨ ਜੀ ਹਾਂਜੀ ਠੀਕ ਹੈ ਬਾਕੀ ਰਸੋਈ ਵਿੱਚ ਬਹੁਤ ਇਹ ਰਸੋਈ ਤਾਂ ਭਰੀ ਪਈ ਇਹਨੇ ਨਹੀਂ ਜਾ ਓਕੇ ਲੈ ਤਾਂ ਪਿੰਡ ਰਹਿ ਗਈ ਮੇਰੀ ਆਉਣ ਦਿਨ ਤਾਂ ਪਾਣੀ ਪੈ ਗਿਆ ਮੈਂ ਦਾਣਿਆਂ ਨੂੰ ਗਏ ਵੀ ਤੇ ਦਾਣੇ ਵੀ ਅੱਜ ਪਰਚੀ ਕੱਟਣੀ ਤੀ ਚਲੋ ਕੋਈ ਗੱਲ ਨਹੀਂ ਕੋਈ ਕੋਈ ਨਹੀਂ ਉਹ ਕਹਿੰਦੇ ਮੈਂ ਦੇ ਦੇਣਾ ਆਪੇ ਆ ਜਾਣ ਤੁਸੀਂ ਆ ਕੇ ਦਾਣੇ ਲੈ ਗਏ ਸਟੈਂਡ ਤੇ ਕੌਣ ਬਾਕੀ ਦਾ ਸਮਾਨ ਜਿਹੜਾ ਮਿੰਟ ਹੁਣ ਮਰ ਗਈ ਹੁਣ ਮਰ ਜੀ ਨਹੀਂ ਸੀ ਕਰਦਾ ਫਿਰ ਕੀ ਦਾ ਛੱਡਣੇ ਜੀ ਕਰਦਾ ਹੈ ਕੁੱਲੀਆਂ ਚਲੋ ਪਿੰਡ ਨਾਲ ਹੈ ਪਾਣੀ ਵਧੀ ਜਾਂਦਾ ਹੁਣ ਇੱਥੋਂ ਵੀ ਬਾਹਰ ਨਿਕਲਣ ਲੱਗ ਗਿਆ ਪਾਣੀ ਆਪਣਾ ਕਿਹੜਾ ਘਰ ਆ ਮਤਲਬ ਆਪਣਾ ਕਿਹੜਾ ਘਰ ਇਹ ਤਾਂ ਉੱਪਰ ਰਹਿੰਦੇ ਇਹ ਸਾਡਾ ਹੈ ਸਾਡਾ ਹੈ ਨਾ ਬਈ ਆਪਾਂ ਭਾਈਚਾਰਾ ਉੱਪਰ ਹੈ ਸਾਡੇ ਘਰ ਇਹ ਆਪਣੇ ਪਿੰਡ ਚ ਰਹਿੰਦੇ ਆ ਪਤਾ ਇਹਨਾਂ ਦੀ ਜਠਾਣੀ ਹੈ ਜੀ ਅੱਛਾ ਅੱਛਾ ਰੋਟੀ ਪਾਣੀ ਖਾ ਲਿਆ ਮਤਾ ਚੱਲ ਵੀ ਅਸੀਂ ਵਿਚਾਰੀ ਭੁੱਖੀ ਮਸੀ ਰੋਟੀ ਖਲਾਈ ਹੋਣੀ ਇਹਨੂੰ ਅੱਛਾ ਅੱਛਾ ਹਾਂ ਸਮਾਨ ਤਾਂ ਸਾਰਾ ਪਿੰਡ ਚੁੱਕੇ ਲੈ ਰਹੇ ਖੜਾ ਪਰ ਇਹ ਕਹਿ ਰਹੇ ਹੈ ਇਸ ਵਾਰ ਵੀ ਹੈ ਨਾ ਸਮਾਨ ਉਦੋਂ ਕਿਹੜਾ ਘਰ ਆ ਬਾਈ ਆਪਣਾ ਚਾਰ ਬਾਈ ਮੇਰੇ 4-5 ਹਜ਼ਾਰ ਕਿਲੋ ਹੈ ਜੀ ਅੱਛਾ ਸਾਰੀ ਪ੍ਰੋਪਰਟੀ ਹੈ ਹੁਣ 5 ਕਿਲੋ ਟੋਟਲ ਹੈ ਜੀ ਇੱਦਾਂ ਪਿੱਛੋਂ ਪਾਣੀ ਪੈ ਗਿਆ ਸਾਰੀ ਹੜ ਗਈ ਝੋਨਾ ਲਾਇਆ ਸੀ ਝੋਨਾ ਲਾਇਆ ਝੋਨਾ ਲਾਇਆ ਅੱਜ ਕੱਲ੍ਹ ਅੱਛਾ ਚਲੋ ਕੋਈ ਗੱਲ ਨਹੀਂ ਮਹਾਰਾਜ ਮਿਹਰ ਕਰੂੰਗੇ ਸਭ ਠੀਕ ਹੈ ਸਾਰਾ ਪਿੰਡ ਨਾਲ ਆ ਆਪਾਂ ਨਾਲ ਆ ਤੁਹਾਡੇ ਹੈ ਕਿ ਨਹੀਂ ਮਜ਼ਬੂਰੀ ਤਾਂ ਹੈ ਕੋਈ ਗੱਲ ਨਹੀਂ ਕਿਆ ਕਰਨਾ ਜ਼ਮੀਨ ਦਾ ਵੀ ਦੇਖ ਲਓ ਘਰਾਂ ਦਾ ਹਾਲ ਬਹੁਤ ਬੁਰਾ ਹਾਲ ਹੋ
ਥੋੜੀ ਜ਼ਮੀਨ ਇੱਥੇ ਨਾਲ ਨਾਲ ਸਾਰੀ ਅੱਛਾ ਸਾਰੀ ਚੱਲਦੀ ਹੈ ਝੋਨਾ ਚੱਲਦਾ ਵਾ ਸਾਰੀ ਧੁਰ ਬੈਠ ਥੱਲੇ ਬੈਠ ਚੱਲਦੀ ਕੋਈ ਗੱਲ ਨਹੀਂ ਬਾਈ ਬੇਫਿਕਰ ਹੋ ਜਾਓ ਫਿਕਰ ਨਹੀਂ ਕਰਨੀ ਚਾਹੀਦੀ ਜਲਦੀ ਆਪੇ ਮਹਾਰਾਜ ਨੇ ਖੋਇਆ ਤਾਂ ਮਹਾਰਾਜ ਦਿਊ ਬਹੁਤ ਠੀਕ ਹੈ ਕੋਈ ਚੱਕਰ ਨਹੀਂ ਜਗ੍ਹਾ ਬਥੇਰੀ ਹੈ ਕੋਈ ਇੱਦਾਂ ਦੀ ਗੱਲ ਨਹੀਂ ਹੈ ਮੁਸ਼ਕਿਲ ਹੈ ਗਰੀਬ ਲੋਕ ਹੈ ਸਾਡੇ ਤਾਂ ਕੋਈ ਪਿੰਡ ਰਲ ਪਿਆ ਸਾਰਾ ਜੀ ਮੁੰਡੇ ਨੌਜਵਾਨ ਸਭ ਇਕੱਠੇ ਹੋ ਗਏ ਨੀ ਸਾਰਾ ਸਮਾਨ ਚੱਕ ਹੈ ਸੇਫ ਥਾਂ 'ਤੇ ਪਜਾਇਆ ਪਹਿਲਾਂ ਅਸੀਂ ਨਾਲ ਅਤੇ ਹੁਣ ਜਿੱਦਾਂ ਜਿੱਦਾਂ ਪਾਣੀ ਵੱਧ ਰਿਹਾ ਉਦੋਂ ਉਦੋਂ ਹੁਣ ਦੇਖਦੇ ਹਾਂ ਹਾਲੀ ਨਾਲ ਜਾਂਦੇ ਹਾਂ ਕਿਤੇ ਉੱਪਰ ਸੇਫ ਥਾਂ ਮਸਲਾ ਕਮਿਊਨਿਟੀ ਸੈਂਟਰ ਹੈਗਾ ਜੀ ਉੱਥੇ ਇਹਨਾਂ ਨੂੰ ਹੁਣ ਲਿਜਾ ਕੇ ਅਸੀਂ ਬਣਾਉਂਦੇ ਹਾਂ ਇਹਨਾਂ ਦਾ ਬਾਕੀ ਰੋਟੀ ਪਾਣੀ ਹੋਰ ਇੰਤਜ਼ਾਮ ਨਾ ਕਰਨਾ ਪੈਣਾ ਚਾਹੀਦਾ ਇਹ ਮੁਸ਼ਕਿਲ ਹੈ ਸਥਿਤੀ ਖਤਰਨਾਕ ਹੈ ਹਾਂ ਜੇ ਹੋਰ ਵੱਧ ਗਿਆ ਪਾਣੀ ਫਿਰ ਤਾਂ ਹੋਰ ਵਧਣਾ ਹੀ ਹੈ ਜੀ ਪਾਣੀ ਨੂੰ ਛੱਡ ਗਿਆ ਜੀ ਆ ਦੇਖੋ ਆ ਗਿਆ ਵਿਹੜੇ 'ਚ ਆ ਗਿਆ ਜੀ ਆ ਦੇਖੋ 80 ਤੇ ਫਲੱਡ ਗੇਟ ਕਹਿੰਦੇ ਅਸੀਂ ਖੋਲ ਦੇਣੇ ਆ ਜੀ ਅੱਛਾ ਹੁਣ ਐਵੇਂ 2 ਮਿੰਟ ਪਹਿਲਾਂ ਦੀ ਖਬਰ ਹੁਣ ਦੀ ਹੁਣ 80 ਤੇ ਉਹ ਨਹੀਂ ਖੋਲਣੇ ਆ ਤਾਂ ਮਾਰੋ ਹੁਣ ਪਾਣੀ ਦਾ ਹੁਣੇ ਬਹੁਤ ਹੋ ਗਿਆ ਆਪਣਾ ਸਮਾਨ ਅਮਰੀਕ ਦਾ ਪਹੁੰਚ ਗਿਆ ਅਮਰੀਕ ਦਾ ਪਹੁੰਚ ਗਿਆ ਤੇ ਦੂਜਾ ਸਮਾਨ ਕਮੈਂਟਰੀ ਸੈਂਟਰ ਜਿਹੜਾ ਹੈਗਾ ਨਾ ਪੱਕੇ ਆ ਲੈਟਰਿੰਗ ਬਾਥਰੂਮ ਉੱਥੇ ਬਣੇ ਹੋਏ ਨੇ ਉੱਥੇ ਜਾ ਜਾ ਜਿਹੜੇ 3-4 ਕਮਰੇ ਨੇ ਜਦੋਂ ਪਾਣੀ ਇਸਦਾ ਕਾਰਨ ਇਹਨਾਂ ਸਮਾਨ ਪਰ ਪਾਣੀ ਹੋ ਰਹਾ ਨਾ ਇੱਥੇ ਕਮਰੇ ਰਸਤਾ ਕੋਈ ਕਮਰੇ ਨਾ ਸਮਾਨ ਉੱਥੋਂ ਰਸਤਾ ਬੰਦ ਹੋ ਗਿਆ ਰਸਤਾ ਬੰਦ ਹੋ ਗਿਆ ਕੋਈ ਜਾਊਗਾ ਮਤਲਬ ਉੱਥੇ ਪਾਣੀ ਦਾ ਬਰਸਾ ਲਗਾ ਹੋਣ ਲੰਘੇ ਕਰਦਾ ਬੰਦ ਦੇਖੋ ਨਾ ਹੁਣ ਵਧੀਆ ਬਣੀ ਉਹ ਮਣੀ ਤੱਕ ਪੁੱਜ ਗਿਆ ਪਾਣੀ ਉਹ ਸਮਾਨ ਬਾਈ ਕਿ ਮਤਲਬ ਰਾਤ ਵਰਾਤਾ 100 ਨਿਆਣਾ ਬਾਰਾ ਬਾਰ ਦਾ ਕਿੱਥੇ ਜਾ ਰਾਤ ਨੂੰ ਤਾਂ ਪਤਾ ਵੀ ਨਹੀਂ ਲੱਗਣਾ ਪਾਣੀ ਪਤਾ ਦਾ ਇਸ ਕਰਕੇ ਨਿਕਲ ਕੇ ਰਾਤ ਨਹੀਂ ਨਹੀਂ ਹੁਣ ਰਾਤ ਪਹਿਲਾਂ ਕਿਹੜਾ ਆਪਾਂ ਸਮਾਂ ਵਿਚਾਰੀਏ ਹਾਂ ਸਭ ਤੋਂ ਪਹਿਲਾਂ ਜਾਨ ਮਾਰ ਜਾ ਆਪਾਂ ਕੀ ਕਰਦੇ ਨੂੰ ਦੇਖਦੇ ਜੀ ਅਗਲਾ ਕਿਆ ਵਰਤਾ ਜੀ ਵਿੱਚ ਅਸੀਂ ਨਾਲ ਤੁਹਾਡਾ ਸਾਰਾ ਪਿੰਡ ਨਾਲ ਹੈ ਇਹ ਤਾਂ ਤਾਂ ਵੀ ਸਾਡਾ ਬੰਦਾ ਕੋਈ ਨਹੀਂ ਇਹ ਤਾਂ ਖੜਿਆ ਸਵੇਰ ਦੇ ਤੇ ਫਿਕਰ ਨਾ ਕਰੋ ਅਸੀਂ ਪੂਰੀ ਤੁਹਾਡੀ ਸੇਫਟੀ ਕਰਾਂਗੇ ਕੁਛ ਨਹੀਂ ਹੋਣਾ ਹੁਣ ਬਾਕੀ ਕੁਦਰਤ ਹੈ ਹੁਣ ਕੁਦਰਤ ਅੱਗੇ ਕਿਆ ਜ਼ੋਰ ਹੈ ਚਲੋ ਨਹੀਂ ਕੋਈ ਗੱਲ ਨਹੀਂ ਜੀ ਅਸੀਂ ਤਾਂ ਪੂਰੀ ਇਹਨਾਂ ਦੀ ਸਪੋਰਟ 'ਚ ਖੜੇ ਹਾਂ ਹੁਣੇ ਅਸੀਂ ਲੈ ਜਾਣੇ ਸਾਰਿਆਂ ਦੇ ਫੈਸਲਾ ਪੱਖੇ ਲੱਗੇ ਸਭ ਕੁਝ ਹੈਗਾ ਪਾਣੀ ਵੱਧ ਸਕਦਾ ਟਾਈਮ ਨਾਲ ਹੀ ਮੈਂ ਕਹਿਣਾ ਕਰ ਰਹੇ ਸਾਰਾ ਵਹਿੰਦੇ ਵਹਿੰਦੇ ਵਧੀ ਜਾਂਦਾ ਪਾਣੀ ਪਾਣੀ ਨਿਕਾਲਣੇ ਨੂੰ ਥੋ ਨਹੀਂ ਹੈਗਾ ਉਹ ਦੇਖੋ ਕਿੰਨਾ ਨੀਵਾਂ ਸਾਡਾ ਆ ਪਾਣੀ ਸਿੱਧੇ ਹੀ ਨਹੀਂ ਜਾਣਾ ਇਹ ਤੁਸੀਂ ਵੀ ਚੱਕ ਲਿਆ ਸਮਾਨ ਲੱਗੇ ਹੋਏ ਚੱਕਣ ਅੱਛਾ ਚੱਕ ਰੱਖ ਲੱਗੇ ਤਾਂ ਗੱਲ ਪਾਣੀ ਇੱਥੇ ਪੈਣਾ ਦੇਖੋ ਆ ਕਰ ਕੀ ਦੇਗਾ ਇਹਨੂੰ ਹੀ ਨਵੀਂ ਦੇ ਬਾ ਅੱਛਾ ਇਹਨਾਂ ਨੇ ਇਹ ਵੀ ਬਾਹਰ ਗੱਡੀ ਬੈਠੇ ਸਮਾਨ ਉਹਨਾਂ ਦਾ ਸਮਾਨ ਉਧਰ ਦੇ ਖੁੰਝ ਵਾਲਿਆਂ ਦਾ ਅੱਛਾ ਹਾਂਜੀ
ਸਾਰੇ ਇੱਕੋ ਟੱਬਰ ਹੈ, ਇੱਕੋ ਟੱਬਰ ਹੈ। ਹਾਂਜੀ, ਸਾਰੇ ਜਿੰਨੀ ਭੈਣ ਹੈਗੀ, ਪਰ ਆਹ ਸਾਡਾ ਬੁਰਾ ਹਾਲ ਹੈ ਜੀ। ਕੋਈ ਨੀ ਮਾਤਾ, ਕੋਈ ਮਸਲਾ ਨਹੀਂ। ਹਾਂਜੀ, ਸਾਨੂੰ ਲੈਟਰ ਆਉਂਦੀ ਨਾ ਹੈਗੀ, ਸਾਡੇ ਨਿਆਣੇ ਇੰਨੇ ਖੇਤਾਂ 'ਚ ਬਹਿੰਦੇ, ਲੋਕ ਮਾਰਦੇ ਜੁੱਤੀਆਂ, ਤਿੰਨ ਚਾਰ ਲੈਟਰਿੰਗਾਂ ਹੈ ਨਹੀਂ ਇੱਥੇ, ਹੁਣ ਅਸੀਂ ਕਿੱਥੇ ਬੈਠੀਏ ਦੇਖੋ। ਹਾਂਜੀ, ਇਹੀ ਆ ਬਹੁਤ ਨੀਮ ਹੈ ਜੀ ਇਹ ਤਾਂ। ਹਾਂਜੀ, ਇਹ ਹੁੰਦਾ ਭੱਖੂ ਹੁੰਦਾ ਦੇਰ ਤਾਂ। ਹਾਂਜੀ, ਸਾਡਾ ਤਾਂ ਬੁਰਾ ਹਾਲ ਹੈ, ਹੈਂ ਜ਼ਿੰਮੇਦਾਰ ਸਾਡੇ ਜੁੱਤੀਆਂ ਮਾਰਦੇ, ਕਿੱਥੇ ਬਿਠਾਈਏ ਨਿਆਣੇ ਨੂੰ, ਖੇਤ ਭਰ ਗਏ ਪਾਣੀ ਨਾਲ, ਹੈਂ ਸਾਡਾ ਤਾਂ ਬਹੁਤ ਮੰਦਾ ਹਾਲ ਹੈ ਜੀ। ਅੱਡੜੇ ਆਉਂਦੇ ਹੜ ਕਮਾਊ, ਫਿਰ ਕੋਈ ਨਿਆਣੇ ਦੇ ਡੰਗ ਹੋ ਗਿਆ, ਹੜ ਜਾਣਾ ਨਿਆਣੇ ਨੂੰ, ਮਰ ਜਾਣਾ ਨਿਆਣੇ। ਉਹ ਨਹੀਂ, ਕੁਛ ਨਹੀਂ ਹੁੰਦਾ, ਕੋਈ ਗੱਲ ਨਹੀਂ, ਫਿਕਰ ਨਾ ਕਰੋ। ਬੁਰਾ ਹਾਲ ਹੈ ਜੀ ਸਾਡਾ, ਸਿੱਧਾ ਪਾਣੀ ਪੈ ਗਿਆ, ਰਾਤ ਬਰਾਤ ਕਿੱਥੇ ਲੈਣੇ ਨਿਆਣੇ। ਨਹੀਂ ਚਲੋ, ਹੁਣ ਤੁਸੀਂ ਕਿਹੜਾ ਉੱਚੇ ਥਾਂ ਹੋ ਜਾਓ ਨਾ, ਕਿਹੜਾ ਉੱਥੇ ਜਾ ਕੇ ਫਿਰ ਦੇਖਦੇ ਹੋ, ਦੋਨੇ ਨਾ ਸੁਣਨ ਚੱਕ। ਹਾਂ ਹਾਂ, ਉੱਧਰ ਲੈ ਜਾਓ। ਹਾਂਜੀ, ਠੀਕ ਹੈ। ਇੰਨੀ ਤੰਗੀਆਂ ਅਸੀਂ ਬਵਾਂ ਅੱਠ ਮਾਰੀ, ਦੱਸੋ ਜੀ ਅਸੀਂ ਕਿੱਥੇ ਬੈਠੀਏ ਬਾਹਰ, ਹੈਵੇ ਕੋਈ ਸਾਡਾ ਇੱਥੇ ਬਣਾਵੇ ਨਹੀਂ ਜਗਾੜ ਕੋਲ, ਸਾਡਾ ਉਹਨੇ ਬੁਰਾ ਹਾਲ ਹੈ। ਬੱਚੇ ਸਾਡੇ ਬਿਮਾਰ ਹੋ ਜਾਂਦੇ, ਮੈਂ ਬਿਮਾਰ ਸਿਆਣੀ, ਚਾਰ ਪੰਜ ਲੈਟਰਿੰਗਾਂ ਮੈਣੀਆਂ ਇੱਥੇ, ਕੋਈ ਨਾ ਨਹੀਂ ਹੈ, ਹੈਂ ਜਿੱਦਾਂ ਅਸੀਂ ਵੋਟਾਂ ਮੰਨਦੇ ਸਾਡਾ ਬਣਾਉਣ ਵੀ ਕੁਛ। ਹਾਂ ਸਹੀ ਗੱਲ ਹੈ, ਫਿਰ ਵੋਟਾਂ ਨੂੰ ਅਸੀਂ ਕਹਿੰਦੇ ਮੁੱਕਰ ਦੇ ਕਹਿੰਦੇ ਘਰੇ ਰੱਖਣੀਆਂ। ਹੁਣ ਜਦੋਂ ਵੋਟਾਂ ਲੈਣਾ ਉਦੋਂ ਦੱਸਿਓ ਤੁਸੀਂ, ਉਹ ਦੇਖ ਲਓ ਕਿੱਦਾਂ ਹੁਣ ਥੋੜ੍ਹੀ ਥੋੜ੍ਹੀ ਨਾ ਦਰਿਆ ਬਗੇ ਦੇ, ਫਿਰ ਆਹ ਤਾਂ ਪਾਣੀ ਸਿੱਧਾ ਹੀ ਆ ਰਿਹਾ, ਸਿੱਧਾ ਪਾਣੀ ਇਹਨੂੰ ਆ ਗਿਆ ਇਹ ਦੇਖ ਲੀਜੋ। ਚਲੋ ਠੀਕ ਹੈ ਮਾਤਾ। ਹਾਂ ਚੰਗਾ ਜੀ।